बोलिए जगत गुरु भगवान श्री चंद्र महाराज की जय। आओ अज तुहानू दर्शन करवाने आ कुटिया संत धूने वाले पिंड चक देसराज नेड़े ग्रायां विखे भगवान श्री चंद्र महाराज जी की छत्र छाया हेठ श्रीमान 108 संत बाबा ध्यानदास जी धूने वाले और श्रीमान 108 संत बाबा चरणदास जी धूने वाले की अपार कृपा सदका धूनिया का सालाना जोड़ मेला बहुत ही श्रद्धा नाल मनाया गया। अस्थान के मौजूदा गद्दी नशीन महंत अमरदास जी समूह संगत नगर निवासी इलाके दी संगतां देश विदेश दी संगतां सहयोग नाल करवाए गए समागमां मौके आरंभे पाठां दे भोग पाए गए। देशां विदेशां तों वड्डी गिणती विच संगतां ने हाजरियां भरियां। वख-वख महापुरशां अते कीर्ती जथिआं ने संगतां नूं नाम बाणी नाल जोड़िया। एक रिपोर्ट जी हेठा चानण दा दरिया बगे उत्तों मेर दा बरसे मेघ बाबा जिन्ना थावां ते पाए पैर तुसी उत्थे अज वी वरते देख बाबा। पार नानक पार नानक सब थाए कुंकार नानक हार नानक पार नानक सब थाए कुंकार नानक
महिमा साधु संग की सुनो मेरे मीता महिमा साधु संग की सुनो मेरे मीता सुनो मेरे मीता सुनो सुनो मेरे मीता सुनो मेरे मीता मैं मां साधु संग की सुनो मेरे मीता मैं मां साधु संग की सुनो मेरे मीता पिंगल पर्वत पार खल चतुर्भ कीता अंधले त्रिपवन सूजिया गुर भेट प्रणीता सुनो सुनो मेरे मीता सुनो मेरे मीता सुनो मेरे मीता महिमा साधु संग की सुनो मेरे मीता महिमा साधु संग की सुनो मेरे मीता सुनो मेरे I'm
ਅਸੀਂ ਪੜ੍ਹੀ ਵੀ ਜਾਂਦੇ ਸੁਖਮਨੀ ਸਾਹਿਬ ਜੀ ਦੇ ਅੰਦਰ ਕਿ ਜਿਸ ਬੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਉਹ ਸੌਦਾ ਤੈਨੂੰ ਸੰਤਾਂ ਕੋਲੋਂ ਮਿਲਣਾ ਤੇ ਸੰਤਾਂ ਕੋਲ ਜਾਣ ਦਾ ਸਾਡੇ ਕੋਲ ਸਮਾਂ ਹੀ ਹੈ ਨਹੀਂ ਸਾਰੇ ਬੋਲੋ ਸਤਨਾਮ ਸ਼੍ਰੀ ਤੇ ਜਦੋਂ ਕੋਈ ਸੰਤਾਂ ਦੀ ਵਡਿਆਈ ਕਰਦਾ ਸੰਤਾਂ ਦੀ ਉਸਤਤ ਕਰਦਾ ਸੰਤਾਂ ਦੀ ਉਪਮਾ ਕਰਦਾ ਤਾਂ ਸਾਡੇ ਅੰਦਰ ਜਲਨ ਪੈਦਾ ਹੁੰਦਾ ਤੇ ਇਹਨਾਂ ਦੀ ਉਪਮਾ ਕਿਉਂ ਹੋ ਰਹੀ ਗੁਰਬਾਣੀ ਕਹਿ ਰਹੀ ਹੈ ਕਿ ਹਰ ਹਰ ਕਰੇ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਜਿਹੜੇ ਹਰੀ ਦਾ ਨਾਮ ਜਪਦੇ ਸਤਿਗੁਰੂ ਜੀ ਕਹਿੰਦੇ ਮੇਰੀ ਨਿਗਾਹ ਦੇ ਵਿੱਚ ਬਹੁਤ ਸੁੰਦਰ ਹੈ ਜਿਹੜੇ ਨਾਮ ਨਹੀਂ ਜਪਦੇ ਉਹ ਐਵੇਂ ਕਹੀ ਜਾਂਦੇ ਕਿ ਮੈਂ ਬਹੁਤ ਸੁੰਦਰ ਹਾਂ ਸਤਿਗੁਰੂ ਜੀ ਉਹਨਾਂ ਬਾਰੇ ਕਹਿੰਦੇ ਜੋ ਜਾਣੇ ਮੈਂ ਜੋਬਨਵੰਤ ਸੋਹ ਉਤਮਿਸ਼ਟਾ ਕਰ ਜਾਂਦਾ ਗੰਦਗੀ ਦੇ ਕੀੜੇ ਦੇ ਸਮਾਨ ਹੈ ਜਿਹੜੇ ਭਜਨ ਨਹੀਂ ਕਰਦੇ ਤੇ ਐਵੇਂ ਕਹੀ ਜਾਂਦੇ ਸੀ ਤਾਂ ਮੇਰੇ ਗੁਰਦੇਵ ਮਹਾਰਾਜ ਇੱਕ ਗੱਲ ਅਕਸਰ ਕਿਹਾ ਕਰਦੇ ਸਨ ਸਤਿਗੁਰੂ ਯੁਗ ਪੁਰਸ਼ ਮਹਾਮੰਡਲੇਸ਼ਵਰ ਸਵਾਮੀ ਈਸ਼ਵਰਦਾਸ ਜੀ ਸ਼ਾਸਤਰੀ ਜੀ ਮਹਾਰਾਜ ਉਹ ਇੱਕ ਗੱਲ ਇਹ ਕਿਹਾ ਕਰਦੇ ਕਿ ਯਾਦ ਉਹਨਾਂ ਦੀ ਮਨਾਈ ਜਾਂਦੀ ਹੈ ਜਿਹਨਾਂ ਦੇ ਸੰਸਕਾਰ ਅੱਛੇ ਹੁੰਦੇ ਤੇ ਮਹਾਂਪੁਰਖਾਂ ਦੇ ਸੰਸਕਾਰ ਅੱਛੇ ਅਤੇ ਉਹਨਾਂ ਦੀ ਯਾਦ ਦੇ ਵਿੱਚ ਜੁੜੇ ਬੈਠੇ ਗੁਰਦੇਵ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਨੇ ਵੀ ਇੱਕ ਗੱਲ ਮੈਂ ਕਹਿ ਕੇ ਸਮਾਪਤੀ ਕਰਾਂ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਇੱਕ ਗੱਲ ਕਹੀ ਕਹਿੰਦੇ ਮਨ ਲੋਭੀ ਮਨ ਲਾਲਚੀ ਮਨ ਕੀ ਮਿਟੇ ਨਾ ਮੈਲ ਦੇਖੋ ਸੰਤਾਂ ਦਾ ਕਿਤਨਾ ਸਤਿਕਾਰ ਹਰ ਧਾਰਮਿਕ ਗ੍ਰੰਥ ਦੇ ਅੰਦਰ ਗੁਰਬਾਣੀ ਦੇ ਅੰਦਰ ਤਾਂ ਸਾਰੀ ਗੱਲਾਂ ਹੀ ਸੰਤਾਂ ਪ੍ਰਤੀ ਉਚਾਰਨ ਕੀਤੀਆਂ ਹੈ ਅਸੀਂ ਆਪਣੀ ਆਪਣੀ ਜਗ੍ਹਾ ਤੇ ਜਿੱਥੇ ਜਿੱਥੇ ਲੋੜ ਪੈਂਦੀ ਵਰਤੀ ਜਾਂਦੇ ਪਰ ਹੈ ਸਾਰੀ ਬਾਣੀ ਸੰਤਾਂ ਪ੍ਰਤੀ ਹੈ ਕਿਉਂਕਿ ਗੁਰਬਾਣੀ ਦੇ ਅੰਦਰ ਆਪ ਜੀ ਪੜ੍ਹਦੇ ਸੁਣਦੇ ਹੋ ਨਾ ਕਿ ਸੰਤ ਹੇਤ ਤ੍ਰੇ ਭਵਨ ਪ੍ਰਭ ਧਾਰੇ ਸੰਤਾਂ ਕਰਕੇ ਹੀ ਹੈ ਤਿੰਨਾਂ ਭਵਨਾਂ ਦੀ ਸਤਿਗੁਰੂ ਜੀ ਨੇ ਰਚਨਾ ਕੀਤੀ ਸੰਤਾਂ ਕਰਕੇ ਤੇ ਸਾਰੀ ਸਗਲੀ ਧਰਤੀ ਸੰਤਾਂ ਦੀ ਹੈ ਸਗਲੀ ਧਰਤੀ ਸਾਧ ਕੀ ਤੋਂ ਮੈਂ ਬਚਨ ਕਰ ਰਿਹਾ ਥਾ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਦਾ ਕਿ ਮਨ ਲੋਭੀ ਮਨ ਲਾਲਚੀ ਮਨ ਕੀ ਮਿਟੈ ਨਾ ਮੈਲ ਸ਼੍ਰੀ ਚੰਦਰ ਜਬ ਸੰਤ ਮਿਲੈ ਤਬ ਲਗ ਮਿਲੈ ਇਸ ਗੈਲ ਕਹਿੰਦੇ ਜਦੋਂ ਇਸ ਜੀਵ ਨੂੰ ਸਾਧੂਆਂ ਦੀ ਸੰਗਤ ਹੋਏਗੀ ਤੇ ਇਹਨੂੰ ਰਸਤਾ ਮਿਲੇਗਾ ਨਹੀਂ ਤੇ ਔਜੜ ਦੇ ਵਿੱਚ ਪਿਆ ਰਹੇਗਾ ਸਾਰੀ ਉਮਰ ਸਾਰੇ ਬੋਲੋ ਸਤਨਾਮ ਉਹ ਕਹਿੰਦਾ ਕੌਣ ਕਹਿਤਾ ਹੈ ਸਾਧੂ ਗੁਜ਼ਰ ਜਾਤੇ ਹੈ ਵੋ ਤੋ ਹੋਤੇ ਹੈ ਦਰਿਆ ਸਮੁੰਦਰ ਮੇ ਉਤਰ ਜਾਤੇ ਹੈ ਧੰਨ ਧੰਨ ਬਾਬਾ ਦੇ ਦਾਨ ਦਾਸ ਜੀ ਮਹਾਰਾਜ ਦੇਖੋ ਇਹ ਭੇਖ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇਹ ਉਹਨਾਂ ਦਾ ਭੇਖ ਚੱਲਿਆ ਆਉਂਦਾ ਸੰਗਤ ਜੀ ਬਾਣੀ ਸਾਧੂਆਂ ਬਾਰੇ ਬੜਾ ਕੁਛ ਦੱਸਦੀ ਹੈ ਜੇ ਸਮਝੀਏ ਤਾਂ ਸੰਤਾਂ ਦੇ ਬਾਰੇ ਬੜਾ ਕੁਛ ਫਰਮਾਨ ਕਰਦੀ ਹੈ ਮਹਾਰਾਜ ਜੀ ਇੱਕ ਜਗ੍ਹਾ ਬਾਣੀ ਚ ਫਰਮਾਨ ਕਰਦੇ ਨੇ ਕਹਿੰਦੇ ਨੇ ਚਰਨ ਸਾਧ ਕੇ ਧੋਏ ਧੋਏ ਪਿਉ ਅਰਪ ਸਾਧ ਕਾ ਆਪਣਾ ਜਿਉ ਸਾਧ ਕੀ ਧੂੜ ਕਰੂ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਚਰਨ ਸਾਧ ਸਾਧੂ ਕਿਤੇ ਐਵੇਂ ਕਈ ਮੇਰੇ ਅਰਗੇ ਅੱਜ ਗੱਲਾਂ ਕਰਦੇ ਨੇ ਸੰਗਤ ਜੀ ਸੰਤ ਐਵੇਂ ਨਹੀਂ ਮਿਲ ਜਾਂਦੇ ਪਰਮੇਸ਼ਰ ਦਾ ਨਾਯਾਬ ਤੋਹਫਾ ਆਪਾਂ ਨੂੰ ਮਿਲਿਆ ਹੋਇਆ ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਇੱਕ ਸਾਧਨ ਉਹ ਸੰਤ ਨੇ ਸੰਤ ਮਿਲਾ ਸਕਦੇ ਨੇ ਉਹਦੇ ਨਾਲ ਹਰ ਮਿਲਣੇ ਕੀ ਜੁਗਤੀ ਸੰਤ ਬਤਾ ਦੇਗੇ ਸਾਧੂ ਨੂੰ ਸੰਤ ਨੂੰ ਪਰਮੇਸ਼ਰ ਦੇ ਜਿਹੜੇ ਭੇਜੇ ਹੋਏ ਵਜ਼ੀਰ ਨੇ ਇਹ ਪਰਮਾਤਮਾ ਨਾਲ ਮਿਲਾਉਣ ਦੀ ਜੁਗਤੀ ਦੱਸ ਸਕਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਇੰਨੇ ਫਰਮਾਨ ਇੰਨੇ ਉਹਨਾਂ ਦੀ ਬਾਣੀ ਚ ਉਸਤਤ ਸਾਧੂਆਂ ਬਾਰੇ ਲਿਖੀ ਆ। ਮਹਾਰਾਜ ਜੀ ਨੇ ਇੱਕ ਜਗ੍ਹਾ ਫਰਮਾਨ ਕਰਿਆ, ਕਹਿੰਦੇ ਪਾਰ ਜਾ ਤੇ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਨਿਤ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤਲਕਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ। ਇਹ ਬਾਣੀ 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 ਕੀ ਫਰਮਾਨ ਕਰਦੀ ਹੈ? ਅੱਜ ਤੁਸੀਂ ਸੰਗਤ ਜੀ ਚੰਗੇ ਕਰਮ ਚੰਗੇ ਕੰਮ ਬੰਦੇ ਨੂੰ ਕਰਨੇ ਚਾਹੀਦੇ। ਮੈਂ ਜਿੱਥੇ ਵੀ ਜਾਣਾ ਇਸ ਗੱਲ ਤੇ ਬਹੁਤ ਜ਼ੋਰ ਦਿੰਦਾ। ਅੱਜ ਸਰੀਰ ਤਾਂ ਤੁਰੇ ਫਿਰਦੇ ਨੇ ਆਪਣੇ ਆਪਣੇ, ਸਰੀਰ ਜ਼ਰੂਰ ਤੁਰੇ ਫਿਰਦੇ ਬੰਦੇ ਦੇ, ਪਰ ਆਤਮਾ ਮਰ ਚੁੱਕੀ ਹੈ। ਅੱਜ ਜ਼ਮੀਰ ਮਰ ਗਏ ਨੇ ਬੰਦੇ ਦੇ। ਅੱਜ ਜਵਾਨ ਦਾ ਹੈ ਕੋਈ ਪੱਕਾ? ਅੱਜ ਅੱਜ ਕੀ ਹੋ ਗਿਆ? ਅੱਜ ਲਿਖਤ ਕਰਕੇ ਵੀ ਲੋਕ ਮੁੱਕਰ ਜਾਂਦੇ, ਪਰ ਇਹ ਸਾਧੂ ਸੰਤ ਮਹਾਤਮਾ ਜਿਹੜੇ ਪਰਮਾਤਮਾ ਦੇ ਪਿਆਰੇ ਆਪਾਂ ਨੂੰ ਗਿਆਨ ਦਿੰਦੇ ਨੇ ਵੀ ਭਾਈ ਇਹ ਲੇਖਾ ਜੋਖਾ ਆਪਾਂ ਨੂੰ ਦੇਣਾ ਪੈਣਾ ਆ। ਹੁਣ ਜਿੰਨੇ ਵੀ ਇੱਥੇ ਸੰਤ ਮਹਾਂਪੁਰਸ਼ ਇੱਕ ਤੋਂ ਇੱਕ ਚੜ੍ਹਦੇ ਆ, ਇਹ ਸਾਧੂ ਜਨ ਜਿਹੜੇ ਇੱਥੇ ਆਏ ਨੇ ਇੱਕ ਨੂੰ ਇੱਕ। ਮੈਂ ਬੜਾ ਕੱਲ ਸ਼ਾਮ ਹੀ ਅਮਰਦਾਸ ਜੀ ਨਾਲ ਬੈਠਾ ਸੀ ਮਹਾਰਾਜ, ਮੈਂ ਕਿਹਾ ਕੋਈ ਕੋਈ ਸਾਧੂ ਕਈ ਸਾਨੂੰ ਕਹਿੰਦੇ ਨੇ ਧੂਣੀਆਂ ਤਾਪਦੇ ਜਲ ਤਪਦਾ ਸੰਗਤ ਜੀ ਪ੍ਰਭਾਵ, ਤਪਦਾ ਪ੍ਰਭਾਵ ਆਪਣੇ ਜੀਵਨ ਚ ਹੈ। ਹੈ ਕਿਵੇਂ? ਉਹ ਕਹਿੰਦਾ ਸ਼ਾਸਤਰ ਨੇ ਇੱਕ ਜਗ੍ਹਾ ਕਹਿੰਦਾ ਤਪ ਕਰ ਬ੍ਰਹਮਾ ਕਰੇ ਪਸਾਰਾ, ਤਪ ਕਰ ਵਿਸ਼ਨੂੰ ਪਾਲਾ ਹਾਰਾ, ਤਪ ਕਰ ਸ਼ੰਕਰ ਲੈ ਕਰ ਦੇਵੇ। ਉਹ ਕਹਿੰਦਾ ਤਪ ਦੇ ਪ੍ਰਭਾਵ ਦੇ ਨਾਲ ਦੁਨੀਆਂ ਦੀ ਸੰਰਚਨਾ ਬ੍ਰਹਮਾ ਜੀ, ਤਪ ਦੇ ਪ੍ਰਭਾਵ ਦੇ ਨਾਲ ਵਿਸ਼ਨੂੰ ਜੀ ਪਾਲਾ, ਔਰ ਤਪ ਦੇ ਪ੍ਰਭਾਵ ਦੇ ਨਾਲ ਸ਼ੰਕਰ ਜੀ ਲੈ ਕਰ। ਅੱਜ ਮੇਰੇ ਵਰਗੇ ਕਈ ਕਟਾਕਸ਼ ਕਰਦੇ ਨੇ, ਮੈਂ ਪਿੱਛੇ ਜਿਹੇ ਸੁਣਿਆ ਸੀ ਇੱਕ ਵਾਰੀ ਨਾ ਗੱਲ, ਥੋੜੇ ਟਾਈਮ ਹੋ ਗਿਆ ਤੁਸੀਂ ਵੀ ਕਿਆ ਪਤਾ ਸੁਣੀ ਹੋਵੇ। ਉਹ ਕਹਿੰਦੇ ਜੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਨਾ ਲਾ ਕੇ ਪੰਜਾ ਪੱਥਰ ਰੋਕਿਆ ਨਹੀਂ ਸੀ। ਕਈ ਅੱਜ ਕੱਲ੍ਹ ਨਵੇਂ ਜਿਹੜੇ ਮੇਰੇ ਵਰਗੇ ਪਨੀਰੀ ਉੱਠੀ ਹੈ ਨਾ ਉਹ ਕਟਾਕਸ਼ ਕਰਦੇ ਹਰ ਇੱਕ ਗੱਲ, ਪਰ ਮੈਂ ਇੱਥੇ ਇੱਕ ਗੱਲ ਤੁਹਾਨੂੰ ਦੱਸਾਂ ਸਮਝ। ਉਹ ਪੂਰਨ ਆਪਾਂ ਕਹਿੰਦੇ ਨੇ ਬਾਣੀ ਕਹਿੰਦੀ ਧੰਨ ਗੁਰੂ ਨਾਨਕ ਤੁਸੀਂ ਨਿਰੰਕਾਰ, ਉਹ ਤਾਂ ਖੁਦ ਨਿਰੰਕਾਰ ਸੀ। ਔਰ ਜੇ ਨਿਰੰਕਾਰ ਉਹਦੇ ਦੱਸੋ ਉਹਦੇ ਤੋਂ ਕੁਛ ਬਾਹਰ ਹੋ ਸਕਦਾ? ਉਹਦੀ ਸ੍ਰਿਸ਼ਟੀ ਉਹਦੇ ਤੋਂ ਬਾਹਰ ਹੋ ਸਕਦੀ ਹੈ? ਉਹਨਾਂ ਦੀਆਂ ਕਮਾਈਆਂ ਉਹਨਾਂ ਦੀਆਂ ਬੰਦਗੀਆਂ ਇੰਨੀਆਂ ਸੀ ਵੀ ਉਹ ਚਾਹੁੰਦੇ ਤਾਂ ਪੱਥਰ ਕੀ ਸੀ ਸੰਗਤ ਜੀ, ਉਹ ਤਾਂ ਯੁੱਗ ਰੋਕ ਸਕਦੇ ਸੀ। ਤੁਸੀਂ ਦੇਖਿਆ ਹੋਣਾ ਯੁੱਗ ਪਲਟਾਏ ਸਾਧੂ। ਤੇ ਮਤਲਬ ਮੇਰਾ ਕਹਿਣ ਦਾ ਭਾਵ ਹੈ ਅੱਜ ਅੱਜ ਮੇਰੇ ਵਰਗੇ ਗੱਲਾਂ ਨਾਲ ਯੋਗ ਕਰਨਾ ਚਾਹੁੰਦੇ, ਗੱਲਾਂ ਨਾਲ ਯੋਗ ਹੁੰਦੇ ਨਹੀਂ, ਯੋਗ ਕਮਾਏ ਜਾਂਦੇ ਆ ਸੰਗਤ। ਕਹਿੰਦੇ ਇੱਕ ਜਗ੍ਹਾ ਸ਼ਾਸਤਰ ਦੇ ਵਿੱਚ ਫਰਮਾਨ ਕਰਿਆ, ਕਹਿੰਦੇ ਸਾਧੂ ਮਾਈ ਬਾਪ ਹੈ ਸਾਧੂ ਭਾਈ ਬੰਧ, ਸਾਧ ਮਿਲਾਵੇ ਰਾਮ ਸੇ ਕਾਟੇ ਜਮਕੇ ਫੰਦ। ਕਹਿੰਦੇ ਸੰਤ ਮਹਾਂਪੁਰਸ਼ ਆਪਣੇ ਮਾਂ ਬਾਪ ਦੀ ਤਰ੍ਹਾਂ ਹੁੰਦੇ। ਆਪਾਂ ਕਈ ਵਾਰ ਜਾਂਦੇ ਨਾ ਡੇਰੇ ਦੀ ਸੰਤਾਂ ਦੇ ਕੋਲੇ ਬਹਿ ਕੇ ਦੁੱਖ ਸੁੱਖ ਕਰਦੇ, ਮਹਾਰਾਜ ਬਾਬਾ ਜੀ ਆਹ ਗੱਲ ਆਹ ਦਿੱਕਤ ਆਪਾਂ, ਸਾਧੂ ਮਾਈ ਬਾਪ ਸਾਧੂ ਭਾਈ ਬੰਧ ਆਪਣੇ ਭਰਾਵਾਂ ਵਾਲਾ ਰਿਸ਼ਤਾ ਵੀ ਆਪਾਂ ਉਹਨਾਂ ਨਾਲ ਸਾਂਝੀ ਕਰਦੇ ਵੀ ਬਾਬਾ ਜੀ ਆਹ ਗੱਲ ਹੈ। ਸਾਧ ਮਿਲਾਵੇ ਰਾਮ ਸਿੰਘ ਕੀ ਕਰਦੇ ਨੇ ਮਹਾਂਪੁਰਸ਼ ਪਰਮੇਸ਼ਰ ਦੇ ਨਾਲ, ਔਰ ਉਹਦੇ ਨਾਲ ਕੀ ਹੁੰਦਾ ਆ ਕੱਟ ਹੈ ਜਮ ਕੇ ਜਿਹੜੇ ਉਹ ਜਮਾ ਦਾ ਦੁੱਖ ਦਰਦ ਉਹ ਮਿਟਾ ਦਿੰਦਾ। ਪਰਮਾਤਮਾ ਕੋਲ ਪਹੁੰਚਣ ਦੀ ਯੁਕਤੀ ਇਹ ਸਾਧੂ ਸੰਤ ਮਹਾਂਪੁਰਸ਼ ਜੀ ਸੰਤ ਜੀ ਸੰਗਤ ਜੀ ਦੱਸ ਸਕਦੇ। ਮਹਾਰਾਜ ਜੀ ਇੱਕ ਜਗ੍ਹਾ ਹੋਰ ਫਰਮਾਨ ਕਰਦੇ ਨੇ, ਕਹਿੰਦੇ ਭਗਤ ਜਨਾਕੇ ਵਰਤਨ ਨਾਮ, ਸੰਤ ਜਨਾਕੇ ਮਨ ਵਿਸਰਾਮ। ਭਗਤ ਉਹਦੇ ਪਰਮਾਤਮਾ ਦੇ ਪਿਆਰੇ ਉਹ ਕੀ ਕਰਦੇ? ਅੱਜ ਕੱਲ ਤੁਸੀਂ ਵੀ ਦੇਖਦੇ ਹੋ ਮੈਂ ਵੀ ਗੱਲਾਂ ਬੜੀਆਂ ਹੁੰਦੀਆਂ ਨੇ, ਕਈ ਬਾਬੇ ਬਾਰੇ ਵੀ ਗੱਲਾਂ ਕਰਦੇ ਨੇ ਸੰਗਤ ਜੀ। ਬਾਬੇ ਸ਼੍ਰੀ ਜਿੰਦ ਵਰਗਾ ਦੁਨੀਆਂ ਤੇ ਕੋਈ ਫਕੀਰ ਨਹੀਂ ਹੋਇਆ। ਸ਼੍ਰੀ ਸ਼੍ਰੋਮਣੀ ਚੰਦ ਜਿੱਦਾਂ ਚਮਕਦਾ ਉਦਾਂ ਦਾ ਆਪਾਂ ਕਹਿੰਦੇ ਧੰਨ ਗੁਰੂ ਨਾਨਕ ਤੁਸੀਂ ਨਿਰੰਕਾਰ ਕਹਿੰਦੇ ਨਾ ਸਾਰੇ, ਤੇ ਨਿਰੰਕਾਰ ਦੇ ਘਰ ਬਣ ਕੇ ਉਹਦਾ ਪੁੱਤਰ ਬਣ ਕੇ ਆਉਣਾ ਕੋਈ ਮਾੜੀ ਮੋਟੀ ਗੱਲ ਨਹੀਂ ਸੀ। ਨਿਰੰਕਾਰ ਦੇ ਘਰ ਖੁਦ ਨਿਰੰਕਾਰ ਹੀ ਆ, ਤੇ ਆਪਣੇ ਮੁਖਾਰ ਵਿੱਚ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦਾ ਨਾਮ ਉਹਨਾਂ ਦਾ ਨਾਮ ਸ਼੍ਰੀ ਚੰਦ ਰੱਖਿਆ। ਅੱਜ ਮੈਂ ਕਈ ਦੇਖਦਾ ਹਾਂ
ਉਹਨਾਂ ਤੇ ਕਟਾਕਸ਼ ਕਰਦੇ ਨੇ। ਸੱਜਣੋ ਅੱਜ ਤੁਸੀਂ ਇੰਨੇ ਸਿਆਣੇ ਹੋ ਗਏ ਵੀ ਗੁਰੂ ਨਾਨਕ ਦੇਵ ਜੀ ਨੂੰ ਜ਼ਿਆਦਾ ਸਿਆਣਪ ਤੁਸੀਂ ਧਾਰਨ ਕਰ ਲਈ। ਅੱਜ ਤੁਸੀਂ ਉਹਨਾਂ ਦੇ ਬੱਚਿਆਂ ਤੇ ਉਹ ਭੇਖ ਤੇ ਕਟਾਕਸ਼ ਕਰੀ ਜਾਂਦੇ ਹੋ ਜਿਨ੍ਹਾਂ ਨੇ ਪਤਾ ਨੀ ਕਿੰਨੇ ਕੁ ਮੁਸਲਮਾਨ ਰਾਜਿਆਂ ਦੇ ਮੂੰਹ ਮੋੜ ਦਿੱਤੇ, ਜਹਾਂਗੀਰਾਂ ਦੇ। ਉਹਨਾਂ ਨੇ ਐਡਾ ਐਡਾ ਦੇ ਕੌਤਕ ਕਰਕੇ ਦਿਖਾਏ। ਦੇਖੋ ਛੇ ਪਾਤਸ਼ਾਹੀਆਂ ਤੱਕ ਮਹਾਰਾਜ ਜੀ ਦਾ 151 ਸਾਲ ਉਹਨਾਂ ਨੇ ਜੋ ਉਮਰ ਧਰਤੀ ਤੇ ਆਪਣੀ ਬਤੀਤ ਕਰੀ ਆ, ਤੇ ਛੇ ਪਾਤਸ਼ਾਹੀਆਂ ਤੱਕ ਉਹਨਾਂ ਕੋਲ ਜਾਂਦੇ ਮਹਾਰਾਜ ਜੀ। ਕਿਉਂ ਸਤਿਕਾਰ ਕਿਉਂ ਸੀ? ਸਤਿਕਾਰ ਇਸ ਕਰਕੇ ਸੀ ਵੀ ਉਹ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਆਪਣਾ ਦੇ ਚੁਰੂ ਪਰ ਪਾਣੀ ਤੇ ਨਿੰਦਾ ਜੇ ਗੰਗਾ ਨਿੰਦਣ ਵਾਸਤੇ ਕਿਹੜਾ ਕਿਸੇ ਕੋਲੋਂ ਕੋਈ ਪਰਮਿਸ਼ਨ ਲੈਣੀ ਹੈ? ਨਾਲੇ ਸ਼ਬਦ ਬੋਲਣ ਲੱਗਿਆ ਕਿਹੜਾ ਕਿਹੜਾ? ਹੁਣ ਤੇ ਸਮੇਂ ਬੜਾ ਖਤਰਨਾਕ ਆ ਗਿਆ। ਜਿਸ ਤਰ੍ਹਾਂ ਮਹਾਂਪੁਰਸ਼ ਕਹਿ ਰਹੇ ਸੀ ਕਿ ਜੇ ਉਹ ਤੁਹਾਡੇ ਮਨ ਦੇ ਖਿਆਲਾਤ ਨੇ ਤੇ ਦੇ ਦਿਓ, ਮੋਬਾਈਲ ਦੇ ਵਿੱਚ ਚੜਾ ਦਿਓ ਨੈਟ ਤੇ, ਤੇ ਦੁਨੀਆਂ ਦੇ ਵਿੱਚ ਜੋ ਮਰਜ਼ੀ ਹੋ ਜਾਏ, ਪਰ ਲੇਕਿਨ ਇਹ ਵਰਤਾਰਾ ਚੰਗਾ ਨਹੀਂ। ਇਹ ਧਰਮ ਦੀ ਹਾਨੀ ਹੋ ਰਹੀ ਹੈ। ਜਦੋਂ ਧਰਮ ਤੇ ਕਟਾਕਸ਼ ਕੀਤਾ ਜਾ ਸਕੇ, ਰੱਬ ਤੇ ਕਟਾਕਸ਼ ਕੀਤਾ ਜਾ ਸਕੇ, ਤੇ ਸਮਝ ਲੈ ਕਿ ਸਮਾਂ ਇਤਨਾ ਚੰਗਾ ਨਹੀਂ। ਸਾਨੂੰ ਸਮਝ ਨਹੀਂ ਆ ਰਹੀ ਆ, 2 ਸਾਲ ਉਸ ਪਰਮਾਤਮਾ ਨੇ ਸਾਨੂੰ ਘਰਾਂ ਦੇ ਵਿੱਚ ਕੈਦ ਕਰ ਦਿੱਤਾ। ਦੁਨੀਆਂ ਇਸ ਤਰ੍ਹਾਂ ਮਰੀ ਆ ਸਾਡੀਆਂ ਅੱਖਾਂ ਦੇ ਸਾਹਮਣੇ ਕਿ ਉਹ ਦ੍ਰਿਸ਼ ਦੇਖੇ ਨਹੀਂ ਸੀ ਜਾ ਰਹੇ। ਪਰ ਪਿਆਰਿਓ, ਬੰਦਾ ਇਤਨਾ ਕੱਟੜਿਆ, ਇਤਨਾ ਅਗਿਆਨੀ ਹੈ, ਇਤਨਾ ਕਲਯੁਗ ਦਾ ਪਹਿਰਾ ਅੱਜ ਸੰਸਾਰ ਉੱਤੇ ਕਿ ਮੈਂ ਤਾਂ ਇੱਥੋਂ ਤੱਕ ਸਮਝਦਾ ਕਿ ਜੇ ਰੱਬ ਵੀ ਇੱਥੇ ਆ ਜਾਏ ਤੇ ਅਸੀਂ ਰੱਬ ਤੇ ਵੀ ਕਟਾਕਸ਼ ਕਰਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇ ਪੁੱਤਰਾਂ ਤੇ ਕਟਾਕਸ਼ ਕਰਨਾ, ਇਹ ਸੰਪਰਦਾਵਾਂ ਕਿੱਥੋਂ ਆ ਗਈਆਂ ਨੇ? ਇਹ ਕੌਣ ਸਨ? ਸਾਨੂੰ ਚੇਤੇ ਹੋਣਾ ਚਾਹੀਦਾ। 1708 ਤੋਂ ਲੈ ਕੇ 1926 ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਸੰਭਾਲ ਹੈ ਜਿਹੜੀ 17ਵੀਂ ਤੇ 18ਵੀਂ ਸਦੀ ਵਿੱਚ ਬਹੁਤ ਜ਼ੁਲਮ ਹੋਇਆ, ਉਦੋਂ ਸਾਨੂੰ ਲੱਭ ਲੱਭ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕੀਤੀਆਂ ਜਾਂਦੀਆਂ ਸਨ। ਡੇਰਿਆਂ ਦੁਆਰਿਆਂ ਗੁਰਦੁਆਰਿਆਂ ਨੂੰ ਢਾਇਆ ਜਾ ਰਿਹਾ ਸੀ। ਵੱਡੇ ਵੱਡੇ ਧਾਰਮੀ ਬਹੁਤ ਵਧੀਆ ਮੁਗਲ ਹਕੂਮਤ ਲੈ ਕੇ ਆਪਣੀਆਂ ਫੌਜਾਂ ਨੂੰ ਲੈ ਕੇ ਸਾਡੇ ਹਿੰਦੁਸਤਾਨ ਤੇ ਚੜ੍ਹਾਈ ਕਰਕੇ ਆਉਂਦੇ ਸਨ। ਸਾਡੇ ਮੰਦਿਰਾਂ ਦੇ, ਸਾਡੇ ਗੁਰਦੁਆਰਿਆਂ ਦੇ, ਸਾਡੇ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਤੱਕ ਲੈ ਗਏ। ਪਿਆਰੋ, ਉਦੋਂ ਅਸੀਂ ਕਿੱਥੇ ਸੀ? ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਇਹਨਾਂ ਸੰਪਰਦਾਵਾਂ ਨੇ ਕੀਤੀ। ਉਦਾਸੀਨ ਸੰਪਰਦਾ, ਨਿਰਮਲ ਸੰਪਰਦਾ ਤੇ ਸੇਵਾ ਪੰਥੀ ਸੰਪਰਦਾ, ਇਹ ਉਸ ਵਕਤ ਦੀ ਗੱਲ ਹੈ। ਇਸ ਕਰਕੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਕਿਤੇ ਬੇਅਦਬੀ ਹੁੰਦੀ ਹੈ, ਕਿਉਂਕਿ ਇਹ ਭੇਖ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਵੱਡੇ ਸਪੁੱਤਰ ਨੂੰ ਬਾਠ ਸਾਹਿਬ ਦੇ ਵਿੱਚ ਬਾਬਾ ਸ੍ਰੀ ਚੰਦਰ ਜੀ ਦਾ ਸ਼ਿਸ਼ ਬਣਾਇਆ, ਮੱਥਾ ਟੇਕਿਆ ਕਿ ਲਓ ਮਹਾਰਾਜ ਇਹ ਤੁਹਾਡਾ ਆ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ, ਜਿਨ੍ਹਾਂ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਹੈ, ਜਿਹੜੇ ਅਕਾਲ ਤਖ਼ਤ ਦੀ ਗੱਲ ਕਰਕੇ ਹੁਕਮਨਾਮੇ ਦੀ ਗੱਲ ਕਰਕੇ ਅੱਜ ਇਹਨਾਂ ਭੇਖਾਂ ਤੇ ਕਟਾਕਸ਼ ਕੀਤਾ ਜਾ ਰਿਹਾ, ਮਹਾਂਪੁਰਸ਼ਾਂ ਤੇ ਕਟਾਕਸ਼ ਕੀਤਾ ਜਾ ਰਿਹਾ, ਉਹ ਜਿਨ੍ਹਾਂ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਤੇ ਉਹਨਾਂ ਨੇ ਆਪਣੇ ਪੁੱਤ ਨੂੰ ਬਾਬਾ ਸ੍ਰੀ ਚੰਦਰ ਦੇ ਝੋਲੀ ਵਿੱਚ ਪਾ ਦਿੱਤਾ। ਮਹਾਂਪੁਰਖ ਜਿੱਦਾਂ ਕਹਿ ਰਹੇ ਵੀ ਸਾਡੀ ਅਕਲ ਤੇ ਗੁਰੂ ਤੋਂ ਵੀ ਉੱਪਰ ਹੋ ਗਈ। ਇਸ ਕਰਕੇ ਭਾਈ ਇਹ ਗੱਲ ਕਹਿਣੀ ਸਾਡੇ ਮਾੜੇ ਭਾਗ ਨੇ, ਇਹ ਰਸਨਾ ਤੇ ਆਉਣੀ ਨਹੀਂ ਚਾਹੀਦੀ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ। ਇਸ ਕਰਕੇ ਜਿਸ ਉਸ ਬਾਲਕ ਦਾ, ਉਸ ਪਰਮੇਸ਼ਵਰ ਰੂਪ ਦਾ ਬਾਬਾ ਸ੍ਰੀ ਚੰਦਰ ਜੀ ਨੇ ਆਪਣੇ ਮਖਾਰ ਬਿੰਦ ਤੋਂ ਜਿੱਦਾਂ ਮਹਾਰਾਜ ਕਹਿ ਰਹੇ ਸਨ ਨਾਮ ਰੱਖਿਆ ਹੋਵੇ, ਜਿਹਨਾਂ ਦੀ ਬੁੱਕਲ ਵਿੱਚ ਬੈਠ ਕੇ ਉਹ ਵੱਡੇ ਹੋਏ ਹੋਣ, ਉਹਨਾਂ ਨੂੰ ਲੋਰੀਆਂ ਦਿੱਤੀਆਂ ਹੋਣ, ਉਹਨਾਂ ਨੂੰ ਆਪਣੇ ਪ੍ਰਵਚਨਾਂ ਦੇ ਨਾਲ ਉਹਨਾਂ ਨੂੰ ਗਿਆਨ ਦਿੱਤਾ ਹੋਵੇ, ਕਦੇ ਉਸ ਤਸਵੀਰ ਨੂੰ, ਉਸ ਸਰੀਰ ਨੂੰ ਕਦੇ ਮਾੜਾ ਨਾ ਆਖਿਓ। ਬਾਣੀ ਨੇ ਤਾਂ ਇੱਥੋਂ ਤੋਂ ਕਹਿ ਦਿੱਤਾ ਕਿ ਗੁਰੂ ਨਾਨਕ ਜੀ ਨੂੰ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਕਹਿੰਦੇ ਗੁਰੂ ਨਾਨਕ ਦੇ ਸ਼ਬਦਾਂ ਨੂੰ ਜਿਹਨਾਂ ਨੇ ਸੁਣ ਕੇ ਮਨ ਵਿੱਚ ਬਸ ਗ੍ਰਹਿਣ ਕੀਤਾ ਤੇ ਉਸ ਤੇ ਚੱਲੇ, ਤੇ ਜਿਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਉਹਦਾ ਜੰਮਣ ਮਰਨ ਮੁਕਤ ਹੋ ਗਿਆ। ਉਹ ਜਿਹਨਾਂ ਜਿਹੜਾ ਗੁਰੂ ਨਾਨਕ ਦੀ ਸੰਤਾਨ ਹੋਵੇ, ਗੁਰੂ ਨਾਨਕ ਦਾ ਖੂਨ ਹੋਵੇ, ਉਹ ਕਿਸ ਤਰ੍ਹਾਂ ਕੁਰਾਹੇ ਪੈ ਸਕਦਾ? ਕੁਰਾਹੇ ਉਹ ਨਹੀਂ ਪਏ, ਕੁਰਾਹੇ ਉਹ ਪਹਿਲੇ ਜਿਹੜੇ ਉਹਨਾਂ ਨੂੰ ਕੁਰਾਹੇ ਪੈਣ ਵਾਲਾ ਕਹਿ ਰਹੇ ਨੇ। ਤੇ ਬਾਣੀ ਦਾ ਵੀ ਪ੍ਰਮਾਣ ਹੈ ਕਿ ਜੀਵਨ ਦੇ ਵਿੱਚ ਜੇ ਸਾਨੂੰ ਸੰਤਾਂ ਦੀ ਸੰਗਤ ਮਿਲ ਜਾਵੇ, ਪਹਿਲੀ ਗੱਲ ਤਾਂ ਮਿਲਦੀ ਨਹੀਂ, ਜੇ ਮਿਲ ਜਾਵੇ ਤਾਂ ਉਹ ਜੀਵ ਦੇ ਅਤ ਭਾਗ ਚੰਗੇ ਹੁੰਦੇ ਨੇ। ਮਾਨਸ ਦੇ ਵਿੱਚ ਗੋਸਵਾਮੀ ਜੀ ਲਿਖਦੇ ਨੇ
पुन्य पुंज बिन मिलई न संता सतसंगति संस्कृति कर हंता। बगैर पुन्ना तो सानू संतां दे महापुरशां दे दर्शन हो ही नहीं सकता। जन्मांतरे भवेत पुण्यम तदा साधु नाम दर्शनम। जद अनेक अनेक जन्मा दे भाग्य उदे हुंदे ने भाग्य उदेन बहु समर विच दे। जद अनेक भाग्य साडे पुरलवे कर्म संचित हुंदे ने तद सानू संतां दे दर्शन हुंदे ने। ते महाराज जी वचन करदे ने संत संग बड़ पागी पाई है संत की सेवा नाम दियाई है। संत संग अंतर प्रभ डीठा नाम प्रभु का लागा मीठा। इस संतां दी कृपा है सत्कार जो संत बाबा अमरदास जी महाराज जिमें बड़े महाराज जी धूनिया ताप दे सी ओ भी इस समय धूनिया ताप दे ओही परंपरा ए बड़ी कृपा है। भागवत का वचन है कि साधु नाम दर्शनम सर्व सिद्धि करम परम। सारी सिद्धियां सानू प्राप्त हो जांदियां ने जे साडे ते साधुआं दे कृपा हो जावे। कहिंदे प्रमाण है श्रीमद् भागवत का महात्म पढ़ो। आत्म दे ब्राह्मण जो घर दे विच पत्नी जो बंदिया है संतान तो हीन है घर दे विच जो फल लेके आंदा है वो फल भी सड़ जांदा है। जे वृक्ष लगांदा है ता समा पै के वो भी सुक जांदा है। पर एक दिन आत्म गलानी करके बन दे विच गया उदास बैठा है ते उधरो महापुरुष कहन लगे भोवो ब्राह्मण देवता हे ब्राह्मण देवता तुसी क्यों उदास हो क्यों चिंता तू रो क्यों व्याकुल हो। कहन लगया महाराज मेरे घर दे विच संतान नहीं है। महापुरुषा ने समझाया पर ना समझिया झोले चो फल कढ़ के दिता कहिंदे जा अपनी पत्नी नूं दे। कहन तो पाव जीवन दे विच जिहड़े महापुरुष हुंदे ने ओ साडे तकदीरां नूं साडे जीवन नूं बदल दिंदे ने। इन्हां समागमां मौके महामुरलेश्वर स्वामी जगिंदरानंद जी संगरिया मंडी वाले महंत जमनादास जी दुन्ने वाला महंत हरिदास जी धूने वाले मलपुर महंत बलविंदर दास जी मुलापुर महंत गोपीदास जी गैरी बुटर महंत पवन दास जी पट्टी आचार्य स्वामी ऋषिराज जी नवां शहर महंत रविंदर दास जी ब्रह्म बूटा अमृतसर संत सुरेश मुनि जी अमृतसर महंत प्रताप दास जी बेरीवाला समेत अनेक महापुरुष पूजे। सतनाम वाहे गुरु पल पल जपा तेरा नाम तू ही पिता है तू ही माँ हर पल जपा तेरा नाम तू ही पिता है तू ही माँ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀਆਂ ਅਤੇ ਆਰਤੀ ਵੀ ਕੀਤੀ ਗਈ ਜਿਸ ਵਿੱਚ ਸਾਰੀਆਂ ਸੰਗਤਾਂ ਨੇ
हाजी लगवाई। तेरे हीरा बाब दी पढ़िए सवेरे पानी जप साब दी सुन दिए तुन तेरे हीरा बाब दी अमृत वेले जद मिठी मिठी बाणी विच गूंजदा सारा आसमान तेरी मैं बंदगी करां होर ना दूजी कोई थां हर पल जपां तेरा नाम बोलना जी जगत गुरु श्री चंद्र महाराज की जय श्री गुरु नानक देव महाराज की जय। अज असी चक दे इसराज पिंड पहुंचे हुए हैं जिथे बहुत ही पुरातन स्थान बाबा ध्यान दास जी महाराज बड़ी बंदगी वाले महापुरश होए ने उन्होंने स्थान पर पहुंचे हैं ते उना तो बाद महाराज बाबा चरण दास जी हुए ने बड़े तपस्वी संत ते उना दे चेले महंत अपने कोल जिहड़े धूनिया तापदे ने महंत अमरदास जी महाराज इन्हां दा हर सालाना धूनिया तापदे ने। देखो कोई कोई संत है जो अजकल धूनिया तापदा है कोटन में को करोड़ां चों मैं बहुत देखदा बहुत संतां चों बहुत घट धूनिया जलतारे करदे ने पर मैं इन्हां दी सोच नूं बहुत मतलब जिहड़ी मर्यादा पहलां तो इन्हां ने चलाई आ महापुरशां दी मर्यादा ते पहरा दिंदे आ रहे ने ते इन्हां दा सारी ही संगत वालों और सारे संत समाज वालों बहुत बहुत धन्नवाद किया जाता है। बड़ी देश विदेश तो इन्हां दे नाल इस स्थान पर बाबा चरण दास जी की बहुत संगत देश विदेश गई हुई है वह संगत सारी ही इस प्राचीन स्थान पर जुड़ी हुई है ते अज भी इस प्राचीन स्थान पर बहुत लोग बाहरों खंड पाठ कराते हैं लड़ियाँ चलदियाँ ने बड़े मूल मंत्र के जाप चलते हैं सुखमनी साहब के जाप चलते हैं तो मैं देखा इतने आकर के बड़ा मन खुश होया तो साडे महंत जी महंत अमर दास जी महाराज तो बड़ा ही शिद्दत दे नाल बड़ा प्रेम दे नाल इत्थे तपस्या करते हैं भजन बंदगी करते हैं तो संगत नूं भजन बंदगी दे नाल जोड़ते हैं। तो मैं चाहवागा कुछ दो चार विचार जो साडे महंत महाराज जी मुलापुर तो ने मैं चाहवागा बलविंदर दास जी वो भी अपने विचार संगत नूं प्रगट कर। बोल बाबा श्री चंद्र महाराज की जय। अज बड़ी खुशी हो रही है कि साडे उदासी न्या खाड़े दे जो प्राचीन डेरा चक देसराज जिथे के सिद्ध पुरश महंत पशवी बाबा ध्यान दास जी महाराज बाबा चरण दास जी महाराज जिन्होंने जप तप करके सिमरन करके इस स्थान की खुशबू नू देशों विदेशों दे तक विखेरिया आ इत्थे आके बड़ा मन प्रसन्न होया ते इत्थों की खुशबू इत्थों की शांति इत्थे एकाग्रता मन बड़ा सुकून मिलिया क्योंकि ये स्थान ते कण कण दे विचों परमात्मा दे नाम दा आवाजा आ रहा है। इत्थे जप तप हुणे हुण जिहड़े अज समागम होए ने जिस विच साडे उदासीन पेख दे बहुत ही महान उच्च कोटी दे विद्वान महामंडलेश्वर श्रीमान महंत जोगिंद्रानंद जी महाराज संगरिया मंडी राजस्थान तो महंत रविंदर दास जी जो अखाड़ा ब्रह्म बूटा अखाड़ा बेरी वाले अखाड़ा बाला वाला ते होर बठिंडा सारे ही हिंदुस्तान पंजाब दे विचों बड़े बड़े महापुरश अज इस संत समागम के महापुरखों के पवित्र स्थान पर
आके नतमस्तक होए ने साडे महाराज मेरे बहुत ही सत्कारयोग जिन्हां ते बड़ी कृपा है भगवान बाबा श्री चंद्र महाराज जी की महंत अमरदास जी महाराज जिहड़े कि 30 दिन इहो जी अग दे विच जो पुरातन परंपरावां चलियां आ रही ने धूणियां करके इस डेरे नूं जाणिया जांदा है उन्हां महापुरखां दी चली चल रही परंपरा अनुसार 30 दिन तो ये धूणियां दी जिहड़ी जप तप सी ਉਹ ਕੀਤਾ ਜਾ ਰਿਹਾ ਸੀ ਅਤੇ ਉਸ ਦੇ ਨਾਲ ਸਿਮਰਨ ਕੀਤਾ ਜਾ ਰਿਹਾ ਸੀ ਬਾਣੀ ਪੜ੍ਹੀ ਜਾ ਰਹੀ ਸੀ ਆਪ ਵੀ ਪੜ੍ਹਦੇ ਸਨ ਅਤੇ ਜਿਹੜੀ ਸੰਗਤ ਆ ਉਹ ਵੀ ਜਿੱਦਾਂ ਮਹਾਰਾਜ ਨੇ ਆਪ ਜੀ ਨੂੰ ਦੱਸਿਆ ਕਿ ਕੋਈ ਸੋਹਣੀ ਸਾਹਿਬ ਦਾ ਜਾਪ ਕਰਦਾ ਸੀ ਕੋਈ ਮੂਲ ਮੰਤਰ ਕਰਦਾ ਸੀ ਕੋਈ ਜਪਜੀਤ ਸਾਹਿਬ ਦੇ ਜਾਪ ਕਰਦਾ ਸੀ ਉਹਦੇ ਨਾਲ ਜੀਵਨ ਦਾ ਉਧਾਰ ਹੁੰਦਾ ਆ ਅਤੇ ਮੈਂ ਆਪਣੇ ਵੱਲੋਂ ਆਪਣੇ ਸਨ ਡੇਰਾ ਬਾਬਾ ਪੁਸ਼ਵਾਨੰਦ ਉਦਾਸ ਸਿੰਘ ਮੁੱਲਾਂਪੁਰ ਫਤਿਹਗੜ੍ਹ ਸਾਹਿਬ ਵੱਲੋਂ ਅਤੇ ਸਾਡੇ ਮਹਾਂਪੁਰਖ ਮਹਾਂਮੰਡਲੇਸ਼ਵਰ ਸਵਾਮੀ ਜਿੰਦਰਾਨੰਦ ਜੀ ਮਹਾਰਾਜ ਸੰਗਰੀਆ ਵਾਲੇ ਰਾਜਸਥਾਨ ਉਹਨਾਂ ਵੱਲੋਂ ਅਸੀਂ ਤੁਹਾਨੂੰ ਬਹੁਤ ਬਹੁਤ ਮਹਾਰਾਜ ਜੀ ਵਧਾਈ ਦਿੰਦੇ ਹਾਂ ਕਿ ਭਗਵਾਨ ਤੁਹਾਡੇ ਸਿਰ 'ਤੇ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖਣ ਇਸੇ ਤਰ੍ਹਾਂ ਸੰਗਤਾਂ ਨੂੰ ਇਸ ਸਥਾਨ ਤੋਂ ਨਾਮ ਬਾਣੀ ਦਾ ਪ੍ਰਸ਼ਾਦ ਹੈ ਜਿਹੜਾ ਉਹ ਹਮੇਸ਼ਾ ਮਿਲਦਾ ਰਹੇ ਅਤੇ ਡੇਰਾ ਚੜ੍ਹਦੀ ਕਲਾ ਦੇ ਵਿੱਚ ਰਹੇ ਬੋਲ ਬਾਬਾ ਸ਼੍ਰੀ ਚੰਦਰ ਮਹਾਰਾਜ ਕੀ ਜੈ ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬਣ ਕੇ ਛਕਿਆ ਅਤੇ ਮਹੰਤ ਅਮਰਦਾਸ ਜੀ ਵੱਲੋਂ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ ਪਿੰਡ ਚੱਕ ਦੇਸ ਰਾਜ ਤੋਂ ਗੌਰਵਗੜ੍ਹ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ ਮਾਰਗ ਸੰਤੋ ਮੈਂ ਦੱਸਿਓ ਮਾਰਗ ਸੰਤੋ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਇਆ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਉਹ ਮਾਰਗ ਦਿਖਲਾਵੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਉਹ ਮਾਰਗ ਦਿਖਲਾਵੇ ਇਸ ਜਨ ਕੇ ਹੋ ਮਲ ਮਲ ਤੂੰ ਆਪਾਉ ਇਸ ਜਨ ਕੇ ਹੋ ਮਲ ਮਲ ਤੂੰ ਆਪਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਜਪ ਮਨ ਮਾਦੋ ਮਧਸੂਦਨੋ ਜਪ ਮਨ ਮਾਦੋ ਮਧਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰ ਜਾਨ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਹਰ ਕੱਟ ਕਟੇ ਕੱਟ ਬਸਦਾ ਹਰ ਜਲ ਥਲੇ ਹਰ ਬਸਦਾ ਹਰ ਕੱਟ ਕਟੇ ਕੱਟ ਬਸਦਾ ਹਰ ਜਲ ਥਲੇ ਹਰ ਬਸਦਾ ਹਰ ਥਾਂ ਥਲੰਤਰ ਬਸਦਾ ਮੈਂ ਹਰ ਦਿਖਨ ਪਹੁੰਚਾਂ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਕੋਈ ਆਵੇ ਸੰਤੋ ਹਰ
करता जन संतो मेरा प्रीतम जन संतो मुहे मार्ग दिखलावे इस जग के हो मल मल तो आपा इस जग के हो मल मल तो आपा कोई आवे संतो हर का जन संतो मेरा प्रीतम जन संतो मोहे मार्ग दिखलावे हर जन को हर मिलिया हर श्रद्धा ते मिलिया गुरमुख हर मिलिया हर जन को हर मिलिया हर श्रद्धा ते मिलिया गुरमुख हर मिलिया मेरे मन का आनंद पे मैं देखा हर राम कोई आवे संतो हर का जन संतो मेरा प्रीतम जन संतो मोहे मार्ग दिखलावे कोई आवे संतो हर का जन संतो मेरा प्रीतम जन संतो मोहे मार्ग दिखलावे जन नानक पौ कृपा पई जन नानक पौ कृपा पई हर की कृपा पई जगदेश्वर कृपा पई हर की कृपा पई जगदेश्वर कृपा पई मैं अनजनो सद सद सदा